ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ। ਰੁਕ ਸਭ ਤੋਂ ਪਹਿਲਾਂ ਕਰਾਂਗੇ ਅੱਜ ਦੀਆਂ ਅਹਿਮ ਸੁਰਖੀਆਂ ਦੇ ਵੱਲ। 2024 ਨੂੰ ਲੈ ਕੇ ਕਾਂਗਰਸ ਦਾ ਵੱਡਾ ਐਲਾਨ, ਅਮੇਠੀ ਤੋਂ ਚੋਣ ਲੜਨਗੇ ਰਾਹੁਲ ਗਾਂਧੀ। ਉੱਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੇ ਰਾਏ ਨੇ ਕੀਤਾ ਐਲਾਨ, ਪ੍ਰਿਯੰਕਾ ਦੀ ਸੀਟ ਬਾਰੇ ਨਹੀਂ ਕੀਤਾ ਕੋਈ ਖੁਲਾਸਾ। ਮਨਰੇਗਾ ਮਜ਼ਦੂਰਾਂ 'ਤੇ ਨਿਗਰਾਨੀ ਰੱਖੇਗਾ ਡਰੋਨ। ਕੇਂਦਰ ਸਰਕਾਰ ਵੱਲੋਂ ਪ੍ਰਕਿਰਿਆ ਨੂੰ ਅਮਲ 'ਚ ਲਿਆਉਣ ਲਈ ਹੁਕਮ ਕੀਤੇ ਗਏ ਜਾਰੀ। ਸੂਬਾ ਸਰਕਾਰਾਂ ਵੱਲੋਂ ਆਪਣੇ ਪੱਧਰ 'ਤੇ ਹਾਇਰ ਕੀਤੇ ਜਾਣਗੇ ਡਰੋਨ। ਸਮੇਂ ਤੋਂ ਪਹਿਲਾਂ ਪੰਚਾਇਤਾਂ ਭੰਗ ਕਰਨ 'ਤੇ ਘਿਰੀ ਮਾਨ ਸਰਕਾਰ। ਹਾਈਕੋਰਟ ਨੇ ਸਰਕਾਰ ਤੋਂ ਮੰਗਿਆ ਜਵਾਬ, 28 ਅਗਸਤ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ। ਚੰਡੀਗੜ੍ਹ ਨੂੰ ਲੈ ਕੇ ਚੰਡੀਗੜ੍ਹ ਭਾਜਪਾ ਪ੍ਰਧਾਨ ਦਾ ਪੰਜਾਬੀਆਂ ਨੂੰ ਜਵਾਬ, ਕਿਹਾ ਚੰਡੀਗੜ੍ਹ ਪੰਜਾਬ ਦੀ ਸਿਰਫ ਰਾਜਧਾਨੀ, ਪੰਜਾਬ ਦੱਸੇ ਚੰਡੀਗੜ੍ਹ 'ਚ ਕੀ ਹੈ ਤੁਹਾਡਾ ਯੋਗਦਾਨ। ਪੱਤਰਕਾਰ ਨੇ ਪਾਰਕਿੰਗ ਫੀਸ ਬਾਰੇ ਕੀਤਾ ਸੀ ਸਵਾਲ। ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਫਿਰ ਤੋਂ ਵੱਡੇ ਖੁਲਾਸੇ। ਮੀਡੀਆ ਰਿਪੋਰਟਾਂ ਮੁਤਾਬਕ ਮੂਸੇਵਾਲਾ ਨੂੰ ਮਾਰਨ ਦੀ ਅਯੋਧਿਆ 'ਚ ਘੜੀ ਗਈ ਸੀ ਸਾਜ਼ਿਸ਼। ਗੈਂਗਸਟਰਾਂ ਦੀਆਂ ਤਸਵੀਰਾਂ ਹੋਈਆਂ ਵਾਇਰਲ। ਡਿਪੋਰਟ ਹੋਏ ਸਚਿਨ ਥਾਪਰ ਨੇ ਕੀਤੇ ਖੁਲਾਸੇ, ਉੱਤਰ ਪ੍ਰਦੇਸ਼ ਦੇ ਇੱਕ ਸਥਾਨਕ ਨੇਤਾ ਕੋਲ ਹੀ ਰੁਕੇ ਸੀ ਗੈਂਗਸਟਰ। ਸੀਐਮ ਮਾਨ ਦੇ ਗੁੱਸੇ ਦਾ ਸ਼ਿਕਾਰ ਹੋਏ ਕੈਬਨਿਟ ਮੰਤਰੀ ਜਿੰਪਾ ਨੇ ਤੋੜੀ ਚੁੱਪੀ। ਵਿਕਰਮ ਮਜੀਠੀਆ ਵੱਲੋਂ ਕੀਤੇ ਤੰਚ ਦਾ ਦਿੱਤਾ ਜਵਾਬ, ਕਿਹਾ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਮੁਖੀ, ਵੱਡਿਆਂ ਦਾ ਸਤਿਕਾਰ ਕਰਨਾ ਸਾਡੇ ਵਿਰਸੇ ਅਤੇ ਸ਼ਿਸ਼ਟਾਚਾਰ ਦਾ ਹਿੱਸਾ, ਪਰ ਤੁਸੀਂ ਇਹ ਨਹੀਂ ਸਮਝੋਗੇ, ਇਹੀ ਕਾਰਨ ਹੈ ਪੰਜਾਬ ਦੀ ਜਨਤਾ ਨੇ ਤੁਹਾਡੇ ਸਿਰ ਤੋਂ ਖਾਰਜ ਕੀਤੇ ਦਾਅਵੇ। ਅਤੇ ਹੁਣ ਖਬਰਾਂ ਦਾ ਵਿਸਥਾਰ ਕਰਦੇ ਹਾਂ। ਰੁੱਖ ਸਭ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਵੱਲ ਕਰਾਂਗੇ। ਦਰਅਸਲ ਰਾਹੁਲ ਗਾਂਧੀ ਦੀ 2024 ਦੀ ਸੀਟ ਦਾ ਕਾਂਗਰਸ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ। 2024 ਦੇ ਵਿੱਚ ਰਾਹੁਲ ਗਾਂਧੀ ਅਮੇਠੀ ਸੀਟ ਤੋਂ ਲੋਕ ਸਭਾ ਚੋਣਾਂ ਲੜਨ ਜਾ ਰਹੇ ਨੇ, ਇਸ ਗੱਲ ਦੇ ਬਾਰੇ ਖੁਲਾਸਾ ਕਰ ਦਿੱਤਾ ਗਿਆ। ਦੱਸੀਏ ਕਿ ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੇ ਰਾਏ ਨੇ ਇਸ ਬਾਰੇ ਐਲਾਨ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਪ੍ਰਿਯੰਕਾ ਗਾਂਧੀ ਦੀ ਸੀਟ ਨੂੰ ਲੈ ਕੇ ਹਜੇ ਕੋਈ ਸਲਾਹ ਨਹੀਂ ਹੋਈ, ਪਰ ਰਾਹੁਲ ਗਾਂਧੀ ਅਮੇਠੀ ਦੀ ਸੀਟ ਤੋਂ ਹੀ ਚੋਣ ਲੜਨਗੇ। ਦੱਸੀਏ ਕਿ ਲਗਾਤਾਰ ਰਾਹੁਲ ਗਾਂਧੀ ਦੀ ਚੋਣਾਂ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਸੀ ਕਿ ਰਾਹੁਲ ਗਾਂਧੀ ਆਖਿਰਕਾਰ ਇਸ ਵਾਰ ਲੋਕ ਸਭਾ ਕਿੱਥੋਂ ਲੜਨਗੇ। ਅਤੇ ਹੁਣ ਪਿੰਡਾਂ ਦੇ ਵਿੱਚ ਮਨਰੇਗਾ ਸਕੀਮ ਦੇ ਤਹਿਤ ਕੰਮ ਕਰਨ ਵਾਲੇ ਕਾਮਿਆਂ ਦੇ ਉੱਤੇ ਡਰੋਨ ਦੇ ਜ਼ਰੀਏ ਨਜ਼ਰ ਰੱਖੀ ਜਾਏਗੀ। ਦੱਸੀਏ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ। ਕੇਂਦਰ ਸਰਕਾਰ ਨੇ, ਗ੍ਰਾਮੀਣ ਵਿਕਾਸ ਮੰਤਰਾਲੇ ਨੇ ਇਸ ਬਾਰੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮ ਰੁਜ਼ਗਾਰ ਗਰੰਟੀ ਐਕਟ ਦੇ ਅਧੀਨ ਕੰਮ ਕਰਨ ਵਾਲੀਆਂ ਥਾਵਾਂ ਦੀ ਨਿਗਰਾਨੀ ਡਰੋਨ ਦੇ ਜ਼ਰੀਏ ਹੁਣ ਕੀਤੀ ਜਾਇਆ ਕਰੇਗੀ। ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਡਰੋਨਾਂ ਦੀ ਮਦਦ ਨਾਲ ਵਰਕਸਾਈਟ 'ਤੇ ਚੱਲ ਰਹੇ ਕੰਮਾਂ ਦੀ ਨਿਗਰਾਨੀ, ਮੁਕੰਮਲ ਹੋਏ ਕੰਮਾਂ ਦੀ ਜਾਂਚ ਅਤੇ ਕੰਮ ਦਾ ਮੁਲਾਂਕਣ ਅਤੇ ਕੰਮ ਦੇ ਵਿੱਚ ਵਰਤੇ ਜਾਣ ਵਾਲੇ ਸਮਾਨ ਦਾ ਮੁਲਾਂਕਣ ਵੀ ਕੀਤਾ ਜਾ ਸਕਿਆ ਕਰੇਗਾ। ਦੇ ਹਿੰਦੂ ਦੀ ਰਿਪੋਰਟ ਦੇ ਮੁਤਾਬਕ ਗ੍ਰਾਮੀਣ ਮੰਤਰਾਲੇ ਨੇ ਕਿਹਾ ਹੈ ਕਿ ਮਨਰੇਗਾ 'ਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸੀ। ਇਹਨਾਂ 'ਚ ਮਜ਼ਦੂਰਾਂ ਦੀ ਥਾਂ 'ਤੇ ਮਸ਼ੀਨਾਂ ਦੀ ਵਰਤੋਂ ਅਤੇ ਕੁਝ ਲੋਕਾਂ ਨੂੰ ਬਿਨਾਂ ਕੋਈ ਕੰਮ ਤੋਂ ਤਨਖਾਹ ਮਿਲਣ ਵਰਗੇ ਮਾਮਲੇ ਸ਼ਾਮਲ ਨੇ, ਜਿਸ ਕਰਕੇ ਹੁਣ ਡਰੋਨ ਨੂੰ ਲੈ ਕੇ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ। ਉੱਧਰ ਪੰਜਾਬ ਸਰਕਾਰ ਦੇ ਵੱਲੋਂ ਬੀਤੇ ਦਿਨੀ ਪੰਜਾਬ ਦੇ ਵਿੱਚ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਸੀ ਅਤੇ ਇਲੈਕਸ਼ਨਸ ਤੋਂ ਜਲਦੀ ਇਸ ਤਰ੍ਹਾਂ ਦੇ ਨਾਲ ਪੰਚਾਇਤਾਂ ਭੰਗ ਕਰਨ ਨੂੰ ਲੈ ਕੇ ਹੁਣ ਕੋਰਟ ਦੀ ਦਖਲ ਆਈ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਹਫ਼ਤੇ ਤੋਂ ਘੱਟ ਸਮੇਂ ਬਾਅਦ ਹੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਇਸ ਫੈਸਲੇ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ 10 ਅਗਸਤ ਦਾ ਨੋਟੀਫਿਕੇਸ਼ਨ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ।
ਪਟੀਸ਼ਨਰਾਂ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਜਸਟਿਸ ਰਾਜ ਮੋਹਨ ਸਿੰਘ ਨੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੇ ਡਿਵੀਜ਼ਨ ਬੈਂਚ ਨੇ ਸੁਣਵਾਈ ਦੀ ਅਗਲੀ ਤਰੀਕ 28 ਅਗਸਤ ਰੱਖ ਦਿੱਤੀ ਹੈ। ਦੱਸ ਦਈਏ ਕਿ ਇਸ ਰਿਪੋਰਟ ਦੇ ਵਿੱਚ ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਟੀਸ਼ਨਰਾਂ ਨੇ 2019 ਵਿੱਚ ਅਹੁਦਾ ਸੰਭਾਲਿਆ ਸੀ। ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਕਾਰਜਕਾਲ 2024 ਤੱਕ ਸੀ, ਪਰ ਰਾਜ ਸਰਕਾਰ ਵੱਲੋਂ 30 ਦਸੰਬਰ ਤੱਕ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਗਿਆ। ਹੁਣ ਇਸ ਫੈਸਲੇ ਨੂੰ ਸਿੱਧੇ ਤੌਰ ਦੇ ਉੱਤੇ ਕੋਰਟ ਦੇ ਵਿੱਚ ਚੁਣੌਤੀ ਦੇ ਦਿੱਤੀ ਗਈ ਹੈ। ਚੰਡੀਗੜ੍ਹ ਨੂੰ ਲੈ ਕੇ ਲਗਾਤਾਰ ਪੰਜਾਬ ਅਤੇ ਪੰਜਾਬੀਆਂ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਆਖਿਰਕਾਰ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ, ਪਰ ਇਹਨਾਂ ਦਾਅਵਿਆਂ ਨੂੰ ਬੀਜੇਪੀ ਦੇ ਚੰਡੀਗੜ੍ਹ ਪ੍ਰਧਾਨ ਦੇ ਵੱਲੋਂ ਸਿਰੇ ਤੋਂ ਨਕਾਰ ਦਿੱਤਾ ਗਿਆ। ਬੀਜੇਪੀ ਚੰਡੀਗੜ੍ਹ ਪ੍ਰਧਾਨ ਦਾ ਕਹਿਣਾ ਹੈ ਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਚੰਡੀਗੜ੍ਹ 'ਤੇ ਦਾਅਵੇ ਕੀਤੇ ਜਾਂਦੇ ਨੇ, ਚੰਡੀਗੜ੍ਹ ਨੂੰ ਦੇਣ ਕੀ ਹੈ, ਪੰਜਾਬ ਨੂੰ ਇਹ ਸਵਾਲ ਕਰ ਲਿਆ ਗਿਆ ਕਿ ਪੰਜਾਬ ਦੀ ਚੰਡੀਗੜ੍ਹ ਨੂੰ ਦੇਣ ਕੀ ਹੈ। ਸਿਰਫ ਅਤੇ ਸਿਰਫ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ, ਹੋਰ ਕੋਈ ਵੀ ਲੈਣ ਦੇਣ ਪੰਜਾਬ ਦਾ ਇਸ ਦੇ ਨਾਲ ਨਹੀਂ ਹੈ, ਬਲਕਿ ਪੰਜਾਬ ਅਤੇ ਹਰਿਆਣਾ ਨੇ ਚੰਡੀਗੜ੍ਹ 'ਤੇ ਬੋਝ ਪਾਇਆ। ਨਹੀਂ, ਚੰਡੀਗੜ੍ਹ ਉਹਨਾਂ ਦੀ ਰਾਜਧਾਨੀ ਜ਼ਰੂਰ ਹੈ ਜੀ, ਲੇਕਿਨ ਚੰਡੀਗੜ੍ਹ 'ਚ ਉਹਨਾਂ ਦੀ ਕੰਟਰੀਬਿਊਸ਼ਨ ਕਿਆ? ਚੰਡੀਗੜ੍ਹ 'ਤੇ ਪੰਜਾਬ ਜਾਂ ਹਰਿਆਣਾ ਦਾ ਲੋਡ ਹੈ, ਉਹਨਾਂ ਦੇ ਉੱਥੇ ਸਾਰੇ ਆਫਿਸਿਸ ਇੱਥੋਂ ਓਪਰੇਟ ਕਰਦੇ ਆ, ਉਹਨਾਂ ਦੀ ਵਿਧਾਨ ਸਭਾ, ਉਹਨਾਂ ਦੇ ਹਾਈਕੋਰਟ ਸਭ ਕਰਦੇ ਨੇ, ਅਸੀਂ ਇਸ ਚੀਜ਼ ਤੋਂ ਸਵੀਕਾਰ ਨਹੀਂ ਕਰਦੇ। ਲੇਕਿਨ ਹਰ ਸਟੇਟ ਦਾ, ਹਿਮਾਚਲ ਦੇ ਵਿੱਚ ਤੁਸੀਂ ਜਾਂਦੇ ਹੋ ਤਾਂ ਹਿਮਾਚਲ ਦੇ ਵਿੱਚ ਬਾਹਰ ਵਾਲਿਆਂ ਤੋਂ ਹੀ ਗ੍ਰੀਨ ਟੈਕਸ ਲਿੱਤਾ ਜਾਂਦਾ, ਹਿਮਾਚਲ ਵਾਲਿਆਂ ਤੋਂ ਨਹੀਂ ਲਿੱਤਾ ਜਾਂਦਾ। ਪੰਜਾਬ 'ਚ ਤੁਸੀਂ ਜਾਂਦੇ ਹੋ ਤਾਂ ਬੈਰੀਅਰ 'ਤੇ ਸਾਰਿਆਂ ਨੂੰ ਪੇ ਕਰਨਾ ਪੈਂਦਾ, ਰੋਡ ਟੈਕਸ ਪੰਜਾਬ ਸਰਕਾਰ ਲੈਂਦੀ ਹੈ, ਲੇਕਿਨ ਜਦੋਂ ਅਸੀਂ ਜਾਈਦਾ ਸਾਨੂੰ ਵੀ ਉਹ ਜਿਹੜੇ ਟੋਲ ਬੈਰੀਅਰ ਹੈ ਪਲਾਜ਼ਾ ਉੱਥੇ ਜਾਣਾ ਪੈਂਦਾ। ਚੰਡੀਗੜ੍ਹ ਦੇ ਲੋਕਾਂ ਨੂੰ ਪੰਜਾਬ ਜਾਂ ਹਰਿਆਣਾ ਦੇ ਵਿੱਚ ਕੋਈ ਕਿਸੇ ਪ੍ਰਕਾਰ ਦਾ ਰਾਜਧਾਨੀ ਹੋਣ ਤੋਂ ਬਾਅਦ ਵੀ ਬੈਨੀਫਿਟ ਨਹੀਂ ਮਿਲਦਾ ਗਾ। ਸਾਨੂੰ ਕੋਈ ਡੋਮੀਸਾਈਲ ਨਹੀਂ ਹੈ ਸਾਡਾ ਕਿ ਤੁਸੀਂ ਰਾਜਧਾਨੀ 'ਚ ਰਹਿੰਦੇ ਹੋ ਤਾਂ ਤੁਹਾਨੂੰ ਪੰਜਾਬ ਹਰਿਆਣਾ ਦੀ ਨੌਕਰੀਆਂ ਦੇ ਵਿੱਚ ਕੋਈ ਉਹ ਮਿਲੇਗਾ, ਔਰ ਇਹ ਐਡਾ ਵੱਡਾ ਨਹੀਂ ਹੈ। ਸਿੰਪਲ ਔਰ ਸਿੰਪਲ ਤੁਸੀਂ ਆਏ ਹੋ, ਬਾਹਰ ਦੀਆਂ ਗੱਡੀਆਂ ਲੋਕ ਆਏ ਆ, ਜੇ ਕੋਈ ਵਿਰਲਾ ਹੀ ਆਉਂਦਾ ਹੁੰਦਾ, ਕੋਈ ਵੱਡਾ ਕੁਐਸਚਨ ਨਹੀਂ ਹੈ, 15 ਰੁਪਏ ਦੀ ਜਗ੍ਹਾ 30 ਰੁਪਏ ਦੇਣੇ, ਬਸ ਇੰਨਾ ਕੁਐਸਚਨ ਹੈ। ਕੋਈ ਐਡਾ ਵੱਡਾ ਕੋਈ ਚੰਡੀਗੜ੍ਹ ਪੰਜਾਬ ਤੋਂ ਅਲੱਗ ਹੋਣ ਜਾ ਰਿਹਾ ਪ੍ਰਸ਼ਨ ਨਹੀਂ ਹੈ। ਉੱਧਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਲਗਾਤਾਰ ਵੱਖੋ ਵੱਖਰੇ ਖੁਲਾਸੇ ਹੁੰਦੇ ਜਾ ਰਹੇ ਨੇ। ਸਿੱਧੂ ਮੂਸੇਵਾਲੇ ਨੂੰ ਮਾਰਨ ਵਾਲਿਆਂ ਨੇ ਆਖਿਰਕਾਰ ਕਿੱਥੇ ਬਹਿ ਕੇ ਇਹ ਸਾਰੀ ਘਟਨਾ ਨੂੰ ਅੰਜਾਮ ਦੇਣ ਦੀ ਰਣਨੀਤੀ ਘੜੀ ਸੀ? ਇਸ ਦੇ ਖੁਲਾਸੇ ਹੁਣ ਦਿਨ ਪ੍ਰਤੀ ਦਿਨ ਹੋਰ ਗੰਭੀਰ ਹੁੰਦੇ ਜਾ ਰਹੇ ਨੇ। ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਤਕਰੀਬਨ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ, ਹਰ ਲੰਘਦੇ ਦਿਨ ਦੇ ਨਾਲ ਨਵੇਂ ਖੁਲਾਸੇ ਸਾਹਮਣੇ ਆ ਰਹੇ ਨੇ। ਸੂਤਰਾਂ ਮੁਤਾਬਕ ਸ਼ੂਟਰ ਪਾਕਿਸਤਾਨ ਤੋਂ ਤਸਕਰ ਕੀਤੇ ਹਥਿਆਰ ਲੈ ਕੇ ਅਯੋਧਿਆ ਪਹੁੰਚੇ ਸੀ। ਹਥਿਆਰਾਂ ਦਾ ਲੈਸ ਬਿਸ਼ਨੋਈ ਗੈਂਗ ਸ਼ੂਟਰਾਂ ਦੇ ਨਾਲ ਕਈ ਦਿਨਾਂ ਤੱਕ ਅਯੋਧਿਆ 'ਚ ਰਹੇ ਅਤੇ ਇੱਕ ਸਥਾਨਕ ਨੇਤਾ ਦੇ ਫਾਰਮ ਹਾਊਸ ਦੇ ਉੱਤੇ ਹੀ ਗੋਲੀਬਾਰੀ ਦੀ ਲਗਾਤਾਰ ਅਭਿਆਸ ਕੀਤਾ ਗਿਆ। ਪਹਿਲਾਂ ਇੱਥੇ ਇੱਕ ਨਾਮੀ ਵਿਅਕਤੀ ਨੂੰ ਮਾਰਨ ਦੀ ਸਾਜ਼ਿਸ਼ ਸੀ ਜੋ ਨਾਕਾਮ ਰਹੀ, ਇਸ ਤੋਂ ਬਾਅਦ ਮੂਸੇਵਾਲਾ ਕਤਲਕਾਂਡ ਨੂੰ ਅੰਜਾਮ ਦਿੱਤਾ ਗਿਆ ਹੈ। ਦੱਸ ਦਈਏ ਕਿ ਸੂਤਰਾਂ ਦੇ ਮੁਤਾਬਕ ਇਹ ਖੁਲਾਸੇ ਉੱਤਰ ਪ੍ਰਦੇਸ਼ 'ਚ ਬੈਠ ਕੇ ਰਚੀ ਗਈ ਸੀ। ਅਯੋਧਿਆ ਦੇ ਵਿੱਚ ਟ੍ਰੇਨਿੰਗ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਕਤਲਕਾਂਡ ਨੂੰ ਅੰਜਾਮ ਦੇ ਦਿੱਤਾ ਗਿਆ ਸੀ। ਉੱਧਰ ਬੀਤੇ ਦਿਨਾਂ ਚਰਚਾ ਦੇ ਵਿੱਚ ਰਹੇ ਮੰਤਰੀ ਬ੍ਰਹਮਸ਼ੰਕਰ ਜਿੰਪਾ ਮਾਮਲੇ ਦੇ ਵਿੱਚ ਹੁਣ ਖੁਦ ਮੰਤਰੀ ਸਾਹਿਬ ਨੇ ਆਪਣੀ ਚੁੱਪੀ ਤੋੜੀ ਆ। ਲਗਾਤਾਰ ਵਿਕਰਮ ਮਜੀਠੀਆ ਅਤੇ ਵੱਖ ਵੱਖ ਵਿਰੋਧੀ ਧਿਰਾਂ ਦੇ ਵੱਲੋਂ ਸਵਾਲ ਚੁੱਕੇ ਜਾਣ ਤੋਂ ਬਾਅਦ ਹੁਣ ਬ੍ਰਹਮਸ਼ੰਕਰ ਜਿੰਪਾ ਨੇ ਜਵਾਬ ਦਿੱਤਾ ਹੈ ਕਿ ਜਿਸ ਕਦਰ ਤੁਸੀਂ ਕਹਿ ਰਹੇ ਹੋ ਕਿ ਮੇਰੀ ਰਿਸਪੈਕਟ ਨਹੀਂ ਕੀਤੀ, ਬਲਕਿ ਸਾਡੇ ਮੁੱਖ ਮੰਤਰੀ ਸਾਡੇ ਮੁਖੀ ਨੇ, ਇਸ ਕਰਕੇ ਅਸੀਂ ਉਹਨਾਂ ਦਾ ਆਦਰ ਕਰਦੇ ਹਾਂ ਅਤੇ ਇਹ ਆਦਰ ਸਾਨੂੰ ਸ਼ਿਸ਼ਟਾਚਾਰ ਦੇ ਵਿੱਚ ਮਿਲਿਆ ਜੋ ਤੁਸੀਂ ਨਹੀਂ ਸਮਝ ਸਕੋਗੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੁੰਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।